ਮਿੱਤਰ ਸੈਨ ਦਾ ਨੋਵਲ ਸੁਧਾਰ ਘਰ ਦਾ 34ਵਾਂ। ਇਹੋ ਹਾਲ ਕਾਲੂ ਬਦਮਾਸ਼ ਦਾ ਸੀ। ਉਹ ਦੇਸੀ ਚਾਕੂ ਤਿਆਰ ਕਰੀ ਫਿਰਦਾ ਸੀ। ਕਿਸੇ ਵੀ ਸਮੇਂ ਉਸ ਵੱਲੋਂ ਚਾਕੂ ਡਾਕਟਰ ਜਾਂ ਕੰਪਾਊਡਰ ਦੇ ਸੀਨੇ 'ਚ ਖੋਭਣ ਦੀ ਖਬਰ ਆ ਸਕਦੀ ਸੀ। ਹਾਕਮ ਨੂੰ ਪਤਾ ਇੱਕ ਮਹੀਨੇ ਤੋਂ ਸਖ਼ਤ ਬਿਮਾਰ ਹੈ। ਉਹਨੂੰ ਭੁੱਖ ਨਹੀਂ ਲੱਗਦੀ, 5 ਕਿਲੋ ਭਾਰ ਘੱਟ ਗਿਆ ਹੈ। 20 ਦਿਨਾਂ ਤੋਂ ਬੁਖਾਰ 100 ਡਿਗਰੀ ਤੋਂ ਉੱਪਰ ਰਹਿੰਦਾ ਹੈ। ਸਾਰਾ ਦਿਨ ਖੰਘ ਛਿੜੀ ਰਹਿੰਦੀ ਹੈ, ਫੇਫੜੇ ਧੌਂਕਣੀ ਵਾਂਗ ਬੋਲਦੇ ਹੈ। ਥੋੜ੍ਹਾ ਜਿਹਾ ਕੰਮ ਕਰਨ ਨਾਲ ਸਾਹ ਚੜ੍ਹ ਜਾਂਦਾ, ਥੁੱਕ 'ਚ ਆਉਂਦੇ ਖੂਨ ਦੀ ਮਾਤਰਾ ਵੱਧਦੀ ਜਾ ਰਹੀ ਹੈ। ਸਪਸ਼ਟ ਹੈ ਉਹਨੂੰ TB ਵਰਗੀ ਨਾ ਮੁਰਾਦ ਬਿਮਾਰੀ ਚੰਬੜ ਗਈ ਹੈ। ਇਲਾਜ ਦੇ ਨਾਲ ਨਾਲ ਉਹਨੂੰ ਆਰਾਮ ਚਾਹੀਦਾ। ਆਰਾਮ ਤਾਂ ਹੋ ਸਕਦਾ ਜੇ ਮੁਸ਼ੱਕਤ ਤੋਂ ਛੋਟ ਮਿਲੇ। ਮੁਸ਼ੱਕਤ ਤੋਂ ਛੋਟ ਤਾਂ ਮਿਲੇ ਜੇ ਡਾਕਟਰ ਉਹਨੂੰ ਸਖ਼ਤ ਬਿਮਾਰ ਘੋਸ਼ਿਤ ਕਰੇ। ਕਾਲੂ ਨੂੰ ਇਹੋ ਗੁੱਸਾ ਹੈ, ਕੰਪਾਊਡਰ ਬਾਊ ਉਹਨੂੰ ਬਿਮਾਰ ਨਹੀਂ ਮੰਨਦਾ। ਕਹਿੰਦਾ ਮਾਮੂਲੀ ਬੁਖਾਰ ਹੈ, ਡਾਕਟਰ ਕੋਲ ਵੀ ਨਹੀਂ ਭੇਜਦਾ। ਕਹਿੰਦਾ ਡਾਕਟਰ ਤੇਰੇ ਵਰਗੇ ਪਖੰਡੀਆਂ ਲਈ ਵਿਹਲਾ ਨਹੀਂ ਹੈ। ਉਹਨੇ ਦਿਨ 'ਚ 100 ਮਰੀਜ਼ ਦੇਖਣੇ ਹੁੰਦੇ ਆ, ਤੇਰੇ ਇਲਾਜ ਲਈ ਮੈਂ ਕਾਫੀ ਹਾਂ। ਕਾਲੂ ਨੇ ਆਪਣੀ ਪਰਚੀ ਹਵੇਲੀ 'ਚ ਬੰਦ ਡਾਕਟਰ ਜੈਨ ਨੂੰ ਦਿਖਾਈ ਸੀ। ਉਹਨੇ ਪਰਚੀ ਦੇਖ ਕੇ ਦੱਸਿਆ ਸੀ, ਤੂੰ TB ਦਾ ਮਰੀਜ਼ ਹੈ, ਤੇਰੀ ਪਰਚੀ ਉੱਪਰ ਇਹੋ ਬਿਮਾਰੀ ਲਿਖੀ ਹੈ। ਡਾਕਟਰ ਨੇ ਕਾਲੂ ਨੂੰ ਹਸਪਤਾਲੋਂ ਮਿਲੀਆਂ ਗੋਲੀਆਂ ਘੋਖੀਆਂ। ਫਿਰ ਉਹਨੇ ਦੱਸਿਆ, ਇਹ ਉਹ ਗੋਲੀਆਂ ਨਹੀਂ ਜਿਹੜੀਆਂ ਪਰਚੀ 'ਤੇ ਲਿਖੀਆਂ। ਪਰਚੀ 'ਤੇ ਲਿਖੀਆਂ ਦਵਾਈਆਂ ਵਧੀਆ ਕੰਪਨੀ ਦੀਆਂ, ਮਹਿੰਗੀਆਂ। ਤੈਨੂੰ ਜੋ ਮਿਲੀਆਂ 5-5 ਪੈਸੇ ਵਾਲੀਆਂ ਗੋਲੀਆਂ। ਇੱਕ ਡਿਸਪ੍ਰਿਨ ਹੈ, ਇਹਨੂੰ ਖਾ ਕੇ ਪਸੀਨਾ ਆਉਂਦਾ, ਪਸੀਨੇ ਕਾਰਨ ਬੁਖਾਰ ਉਤਰ ਜਾਂਦਾ, ਤੈਨੂੰ ਲੱਗਦਾ ਤੂੰ ਠੀਕ ਹੋ ਰਿਹਾ। ਦੂਜੀ ਵਿਟਾਮਿਨ B ਦੀ ਗੋਲੀ ਹੈ, ਥੋੜ੍ਹੀ ਬਹੁਤ ਤਾਕਤ ਦੇਣ ਦਾ ਕੰਮ ਕਰਦੀ ਹੈ। ਬਿਮਾਰੀ ਦਾ ਸਹੀ ਇਲਾਜ ਨਹੀਂ ਹੋ ਰਿਹਾ। ਡਾਕਟਰ ਜੈਨ ਨੇ ਇੱਕ ਹੋਰ ਪਤੇ ਦੀ ਗੱਲ ਦੱਸੀ, ਜੇਲ੍ਹ ਨਿਯਮਾਂ ਅਨੁਸਾਰ TB ਦੇ ਰੋਗੀ ਨੂੰ ਦੁੱਧ ਅੰਡੇ ਬ੍ਰੈਡ ਮਿਲਣੀ ਚਾਹੀਦੀ ਹੈ। ਅਗਲੀ ਵਾਰੀ ਕੰਪਾਊਂਡਰ ਨੂੰ ਪੁੱਛੀ, ਤੇਰਾ ਇਹ ਰਾਸ਼ਨ ਕਿੱਧਰ ਜਾਂਦਾ ਹੈ? ਕਾਲੂ ਦੇ ਇਸ ਪ੍ਰਸ਼ਨ 'ਤੇ ਕੰਪਾਊਂਡਰ ਤਿਲ ਮਿਲਾਇਆ ਸੀ। ਡਰਦੇ ਨੇ 1/2 ਕਿਲੋ ਦੁੱਧ ਅਤੇ ਇੱਕ ਅੰਡੇ ਦੀ ਪਰਚੀ ਵੀ ਦਿੱਤੀ। ਅੱਗੋਂ ਤੋਂ ਇਹ ਚੀਜ਼ਾਂ ਦੇਣ ਦਾ ਵਾਅਦਾ ਵੀ ਕੀਤਾ, ਪਰ ਹਫ਼ਤੇ ਬਾਅਦ ਫਿਰ ਉਹ ਕੁਹਾੜਾ ਹੋ ਗਿਆ। ਹਾਕਮ ਨੂੰ ਪਤਾ ਹੈ ਕਾਲੂ ਸਾਰੀ ਰਾਤ ਮਰੇ ਕੁੱਤੇ ਵਾਂਗ ਪਿਆ ਰਹਿੰਦਾ। ਫੈਕਟਰੀ ਜਾ ਕੇ 1/2 ਘੰਟੇ 'ਚ ਥੱਕ ਜਾਂਦਾ, ਬੇਹੋਸ਼ ਹੋਣ ਵਾਲਾ ਹੋ ਕੇ ਡਿੱਗ ਪੈਂਦਾ। ਮੁਨਸ਼ੀ ਉਹਨੂੰ ਕੰਮ ਤੋਂ ਛੋਟ ਦੇਣਾ ਚਾਹੁੰਦਾ, ਪਰ ਛੋਟ ਲਈ ਡਾਕਟਰ ਦਾ ਸਰਟੀਫਿਕੇਟ ਚਾਹੀਦਾ। ਕੰਪਾਊਡਰ ਉਸੇ ਸਰਟੀਫਿਕੇਟ ਦੇ 200 ਰੁਪਏ ਮੰਗ ਰਿਹਾ। ਕਾਲੂ ਨੇ ਕੰਪਾਊਡਰ ਨੂੰ ਕਈ ਵਾਰ ਸਮਝਾਇਆ ਸੀ, ਮੈਂ 3 ਸਾਲ ਤੋਂ ਜੇਲ੍ਹ 'ਚ ਬੰਦ ਹਾਂ, ਮੇਰਾ ਅੱਗਾ ਪਿੱਛਾ ਕੋਈ ਨਹੀਂ, ਮੇਰੇ ਕੋਲ ਇੰਨੇ ਪੈਸੇ ਨਹੀਂ ਹਨ। ਪਰ ਕੰਪਾਊਂਡਰ ਨੂੰ ਉਹਦੀਆਂ ਗੱਲਾਂ 'ਤੇ ਯਕੀਨ ਨਹੀਂ ਆ ਰਿਹਾ। ਕਾਲੂ ਨੂੰ ਨਹੀਂ ਪਤਾ ਉਹਦੇ ਅਸਲੀ ਮਾਂ ਬਾਪ ਕੌਣ ਹਨ, ਉਹ ਹਰਾਮ ਦਾ ਜਾਂ ਅਸਲ ਹਿੰਦੂ ਹੈ ਜਾਂ ਮੁਸਲਮਾਨ, ਉਹਨੂੰ ਕੁਛ ਪਤਾ ਨਹੀਂ। ਉਹਨੂੰ ਇੰਨਾ ਯਾਦ ਹੈ ਕਿ ਉਹਨੇ ਬੱਸ ਸਟੈਂਡ ਲਾਗੇ ਬਣੀਆਂ ਝੌਂਪੜੀਆਂ 'ਚ ਸੁਰਤ ਸੰਭਾਲੀ ਹੈ। ਉਹਨਾਂ ਦੀ ਝੌਂਪੜੀ 'ਚ ਇੱਕ ਅੰਨੀ ਬੁੱਢੀ ਸੀ, ਜਿਹਨੂੰ ਹੋਰਨਾਂ ਵਾਂਗ ਉਹ ਦਾਦੀ ਆਖਦਾ ਸੀ। ਇੱਕ ਹੱਟਾ ਕੱਟਾ ਕਾਲਾ ਕਲੋਟਾ ਬੰਦਾ ਸੀ, ਜਿਹਨੂੰ ਘਰ ਉਹ ਬਾਪੂ ਅਤੇ ਕੰਮ 'ਤੇ ਉਸਤਾਦ ਆਖਦਾ ਸੀ। ਉਹਨਾਂ ਨਾਲ 3 ਮੁੰਡੇ ਅਤੇ 1 ਕੁੜੀ ਹੋਰ ਰਹਿੰਦੇ ਸੀ, ਜਿਨ੍ਹਾਂ ਨੂੰ ਕਾਲੂ ਦੇ ਭੈਣ ਭਰਾ ਆਖਿਆ ਜਾਂਦਾ ਸੀ। ਉਹਨਾਂ ਦੇ ਨੱਕ ਫਿੱਡੇ ਸੀ, ਜਬਾੜੇ ਟੁੱਟੇ ਹੋਏ ਸੀ, ਇੱਕ ਦੀ ਲੱਤ ਮਰੀ ਹੋਈ, ਦੂਜੇ ਦੀ ਬਾਂਹ ਕੱਟੀ ਹੋਈ ਸੀ। ਉਹਨਾਂ ਦੀ ਭੈਣ ਅੰਨੀ ਸੀ, ਛੋਟੇ ਹੁੰਦੇ ਉਹ ਬੱਸ ਸਟੈਂਡ 'ਤੇ ਭੀਖ ਮੰਗਿਆ ਕਰਦੇ ਸੀ। ਥੋੜ੍ਹੇ ਵੱਡੇ ਹੋਣ 'ਤੇ ਉਸਤਾਦ ਉਹਨਾਂ ਨੂੰ ਭੀੜ ਭੜੱਕਿਆਂ ਵਾਲੀ ਥਾਂ 'ਤੇ ਲੈ ਜਾਂਦਾ ਸੀ, ਜੇਬਾਂ ਕੱਟਣ, ਚੈਨੀਆਂ ਝਪਟਣ ਦੀ ਸਿੱਖਿਆ ਦਿੰਦਾ ਸੀ। ਲੋੜ ਪੈਣ 'ਤੇ ਉਹ ਚਾਕੂ ਛੁਰੇ ਦੀ ਵਰਤੋਂ ਕਰ ਲਿਆ ਕਰਦੇ ਸਨ। ਕਾਲੂ ਉਸਤਾਦ ਦਾ ਸਭ ਤੋਂ ਵੱਧ ਚਹੇਤਾ ਸੀ। ਵੱਡੇ ਹੋਣ 'ਤੇ ਆਪੇ ਉਸਤਾਦ ਨੇ ਉਹਨੂੰ ਆਜ਼ਾਦ ਕਰ ਦਿੱਤਾ ਸੀ। ਵਿਰਾਸਤ 'ਚ ਉਹਨੂੰ 3 ਚੇਲੇ ਮਿਲੇ ਸੀ। ਕਾਲੂ ਨੇ ਦਿਨਾਂ 'ਚ ਆਪਣੀ ਗੈਂਗ ਖੜ੍ਹੀ ਕਰ ਲਈ ਸੀ। ਬੱਸ ਸਟੈਂਡ ਚੌਕੀ ਦੇ ਥਾਣੇਦਾਰ ਨੇ ਕਾਲੂ ਨਾਲ ਬਹੁਤ ਧੱਕਾ ਕੀਤਾ ਸੀ। ਕਾਲੂ ਦਾ ਕਸੂਰ ਇੰਨਾ ਸੀ ਕਿ ਉਹ ਮਹੀਨਾ ਸਮੇਂ ਸਿਰ ਪੁੱਜਦਾ ਨਹੀਂ ਸੀ ਕਰ ਸਕਿਆ। ਇਸ 'ਚ ਕਾਲੂ ਦਾ ਕਸੂਰ ਨਹੀਂ ਸੀ। ਉਸ ਮਹੀਨੇ ਉਹ ਤਿਹਾੜ ਜੇਲ੍ਹ 'ਚ ਬੰਦ ਰਿਹਾ ਸੀ। ਇੱਕ ਤਾਂ ਉਹਨੂੰ ਕਮਾਈ ਨਹੀਂ ਸੀ ਹੋਈ, ਅਤੇ ਦੂਜੇ ਜਦੋਂ ਉਹ ਮਹੀਨੇ
ਉਸ ਮਹੀਨੇ ਉਹਨੇ ਧੰਦਾ ਨਹੀਂ ਸੀ ਕੀਤਾ ਤਾਂ ਮਹੀਨਾ ਕਾਹਦਾ। ਪਰ ਥਾਣੇਦਾਰ ਆਪਣੀ ਜ਼ਿੱਦ 'ਤੇ ਅੜਿਆ ਰਿਹਾ। ਕਾਲੂ ਅਤੇ ਉਸ ਵਰਗੇ ਹੋਰ ਬਾਗੀਆਂ ਨੂੰ ਸਬਕ ਸਿਖਾਉਣ ਲਈ ਥਾਣੇਦਾਰ ਨੇ ਕਤਲ ਦੀ ਇੱਕ ਪੁਰਾਣੀ ਮਿਸਲ ਖੋਲ੍ਹ ਲਈ। 6 ਮਹੀਨੇ ਪਹਿਲਾਂ ਉਹਦੇ ਉਸਤਾਦ ਦਾ ਕਤਲ ਹੋ ਗਿਆ ਸੀ। ਬੜੀ ਬੇਰਹਿਮੀ ਨਾਲ ਛੁਰੇ ਮਾਰ ਮਾਰ ਉਹਦੇ ਸਰੀਰ ਨੂੰ ਛਾਨਣੀ ਕਰ ਦਿੱਤਾ ਗਿਆ ਸੀ। ਅੱਜ ਤੱਕ ਪੁਲਿਸ ਨੇ ਤਾਂ ਕੀ ਕਾਲੂ ਹੋਰਾਂ ਨੂੰ ਇਹ ਸੁਰਾਗ ਨਹੀਂ ਸੀ ਲੱਭਾ ਕਿ ਭਾਣਾ ਕਿਹਨੇ ਵਰਤਾਇਆ ਸੀ। ਥਾਣੇਦਾਰ ਨੇ ਇੱਕ ਤੀਰ ਨਾਲ 2 ਨਿਸ਼ਾਨੇ ਫੁੰਡੇ। ਕਾਲੂ ਦੇ ਇੱਕ ਜਾਨੀ ਦੁਸ਼ਮਣ ਨੂੰ ਸ਼ਿੰਗਾਰ ਕੇ ਕਤਲ ਦਾ ਚਸ਼ਮਦੀਦ ਗਵਾਹ ਬਣਾ ਲਿਆ। ਉਹਦੇ ਬਿਆਨ ਦੇ ਆਧਾਰ 'ਤੇ ਕਾਲੂ ਨੂੰ ਉਸਤਾਦ ਦਾ ਕਾਤਲ ਬਣਾ ਦਿੱਤਾ। ਵਜ੍ਹਾ ਰੰਜਿਸ਼, ਲੁੱਟ ਖੋਹ ਅਤੇ ਮਾਲ ਦੀ ਵੰਡ 'ਤੇ ਹੋਇਆ ਝਗੜਾ ਬਣਾ ਦਿੱਤਾ। ਕਾਲੂ ਨੂੰ ਵੱਧ ਦੁੱਖ ਇਸ ਗੱਲ ਦਾ ਸੀ ਕਿ ਉਹਨੂੰ ਆਪਣੇ ਹੀ ਉਸਤਾਦ ਦਾ ਕਾਤਲ ਬਣਾ ਦਿੱਤਾ ਗਿਆ ਸੀ। ਹੋਰਾਂ ਦੇ ਨਾਲ ਕਾਲੂ ਦੇ ਸੰਗੀ ਸਾਥੀ ਚੇਲੇ ਬਾਲੜੇ ਵੀ ਉਹਨੂੰ ਉਸਤਾਦ ਦਾ ਕਾਤਲ ਸਮਝ ਬੈਠੇ। ਅਦਾਲਤ ਦੇ ਫੈਸਲੇ ਨਾਲੋਂ ਪਹਿਲਾਂ ਉਹਨਾਂ ਨੇ ਕਾਲੂ ਨੂੰ ਸਜ਼ਾ ਸੁਣਾ ਦਿੱਤੀ, ਭਾਂਡਾ ਛੇਕ ਦਿੱਤਾ। 2 ਸਾਲ ਤੋਂ ਇਕੱਲੇ ਰਹਿ ਗਏ ਕਾਲੂ ਨੇ ਪੈਸੇ ਦਾ ਮੂੰਹ ਨਹੀਂ ਸੀ ਦੇਖਿਆ। ਉਹ ਕੰਪਾਊਂਡਰ ਨੂੰ 200 ਰੁਪਇਆ ਕਿੱਥੋਂ ਦੇਵੇ? ਕਾਲੂ ਨੂੰ ਇੱਕ ਹੋਰ ਗਿਲਾ ਸੀ। ਸਰਟੀਫਿਕੇਟ ਉਹ ਸਹੀ ਮੰਗ ਰਿਹਾ ਸੀ, ਫਿਰ ਰਿਸ਼ਵਤ ਕਿਸ ਕੰਮ ਦੀ? ਪਰ ਕਾਲੂ ਦੀ ਫਰਿਆਦ ਕੋਈ ਨਹੀਂ ਸੀ ਸੁਣ ਰਿਹਾ। ਦੁਖੀ ਹੋਏ ਕਾਲੂ ਨੇ ਇੱਕ ਦਿਨ ਕੰਪਾਊਂਡਰ ਨੂੰ ਗਾਲਾਂ ਕੱਢਤੀਆਂ। ਦੰਗਾ ਫਸਾਦ ਕਰਨ ਦੇ ਜੁਰਮ 'ਚ ਉਹਨੂੰ ਡਾਂਗਾਂ ਤਾਂ ਪਈਆਂ, ਪਰ ਇੱਕ ਰਾਹਤ ਮਿਲ ਗਈ। ਉਹਦਾ ਬਿਮਾਰ ਹੋਣਾ ਵੀ ਮੰਨ ਲਿਆ ਗਿਆ, ਕੰਮ ਤੋਂ ਛੋਟ ਵੀ ਮਿਲ ਗਈ। ਛੁੱਟੀ ਦੇ ਨਾਲ ਨਾਲ ਕਾਲੂ ਨੂੰ ਸਹੀ ਇਲਾਜ ਵੀ ਚਾਹੀਦਾ ਸੀ। ਇਲਾਜ ਲਈ ਉਹਦਾ ਹਸਪਤਾਲ 'ਚ ਦਾਖਲ ਹੋਣਾ ਜ਼ਰੂਰੀ ਸੀ। ਡਾਕਟਰ ਮਿੱਠੀਆਂ ਗੋਲੀਆਂ ਦੇ ਰਿਹਾ ਸੀ, ਤੇਰੇ ਨਾਲੋਂ ਗੰਭੀਰ ਬਿਮਾਰਾਂ ਦੀ ਗਿਣਤੀ ਵੱਧ ਹੈ, ਕੋਈ ਬੈੱਡ ਖਾਲੀ ਨਹੀਂ ਹੈ, ਬਿਸਤਰਾ ਖਾਲੀ ਹੁੰਦੇ ਹੀ ਤੈਨੂੰ ਭਰਤੀ ਕਰਾ ਲਾਂਗੇ। ਕਾਲੂ ਦੀ ਉਮਰ 30 ਸਾਲ ਦੇ ਲਗਭਗ ਸੀ। 30 'ਚੋਂ 12 ਸਾਲ ਉਹਨੇ ਜੇਲ੍ਹ 'ਚ ਗੁਜ਼ਾਰੇ ਸੀ। ਉਹ ਜੇਲ੍ਹ ਦੇ ਕਾਇਦੇ ਕਾਨੂੰਨ ਤੋਂ ਚੰਗੀ ਤਰ੍ਹਾਂ ਵਾਕਫ ਸੀ। ਕਾਲੂ ਨੇ ਡਾਕਟਰ ਨਾਲ ਬਹਿਸ ਕੀਤੀ, ਤੂੰ ਝੂਠ ਬੋਲ ਰਿਹਾ, ਘੱਟੋ ਘੱਟ 2 ਅਜਿਹੇ ਕੈਦੀਆਂ ਦਾ ਮੈਨੂੰ ਪਤਾ ਜਿਹੜੇ ਬਿਮਾਰ ਨਹੀਂ ਹੈ ਪਰ ਹਸਪਤਾਲ 'ਚ ਦਾਖਲ ਹੈ। ਕਾਲੂ ਦੀ ਬੈਠਕ 'ਚ ਬੰਦ ਸ਼ਿੰਦਾ 3 ਦਿਨ ਪਹਿਲਾਂ ਹਸਪਤਾਲ ਦਾਖਲ ਹੋਇਆ ਸੀ। ਅਗਲੇ ਹਫ਼ਤੇ ਉਹਦੀ ਲੰਗਰ 'ਚ ਮੁਸ਼ਕਤ ਕਰਨ ਦੀ ਵਾਰੀ ਸੀ। ਸਵੇਰੇ 3 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਚੁੱਲ੍ਹੇ ਮੂਹਰੇ ਬੈਠ ਕੇ ਅੱਖਾਂ ਗਾਲਣ ਦਾ ਉਹ ਆਦੀ ਨਹੀਂ ਸੀ। ਇਸ ਮੁਸੀਬਤ ਨੂੰ ਟਾਲਣ ਲਈ ਉਹ ਹਸਪਤਾਲ ਆ ਪਿਆ ਸੀ। ਸ਼ੇਰੂ ਦੇ ਉਸਤਾਦ ਦੀ ਭਤੀਜੀ ਦਾ ਅਗਲੇ ਮਹੀਨੇ ਵਿਆਹ ਸੀ। ਸ਼ੇਰੂ ਨੇ ਛੁੱਟੀ ਜਾਣ ਦਾ ਮਨ ਬਣਾਇਆ। ਛੁੱਟੀ ਜਾਣ ਦਾ ਹੋਰ ਕੋਈ ਬਹਾਨਾ ਨਹੀਂ ਸੀ। 4 ਦਿਨ ਹਸਪਤਾਲ ਰਹਿ ਕੇ ਉਹਨੇ ਛੁੱਟੀ ਲਈ, ਅਦਾਲਤ ਵਿੱਚ ਦਰਖਾਸਤ ਦੇਣੀ ਸੀ, ਬਿਮਾਰੀ ਦੇ ਆਧਾਰ 'ਤੇ ਉਹਦੀ ਛੁੱਟੀ ਮਨਜ਼ੂਰ ਹੋ ਜਾਣੀ ਸੀ। ਕਾਲੂ ਨੂੰ ਪਤਾ ਸੀ ਆਪਣੇ ਮਕਸਦ 'ਚ ਕਾਮਯਾਬ ਹੋਣ ਲਈ ਉਹਨਾਂ ਨੇ ਮੋਟੀ ਰਕਮ ਉਤਾਰੀ ਸੀ। ਇਹ ਗੱਲ ਖੁਦ ਸ਼ਿੰਦੇ ਅਤੇ ਸ਼ੇਰੂ ਨੇ ਉਹਨੂੰ ਦੱਸੀ ਸੀ। ਪਰ ਡਾਕਟਰ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਕਾਲੂ ਤਰਲਾ ਕਰ ਰਿਹਾ ਸੀ, ਜੇ ਜੇਲ੍ਹ ਹਸਪਤਾਲ 'ਚ ਨਹੀਂ ਤਾਂ ਉਹਨੂੰ ਸਿਵਲ ਹਸਪਤਾਲ ਭੇਜ ਦਿੱਤਾ ਜਾਏ, ਉੱਥੇ ਤਾਂ ਬਿਸਤਰਿਆਂ ਦੀ ਕਮੀ ਨਹੀਂ। ਕਾਲੂ ਦੀ ਇਸ ਬੇਨਤੀ 'ਤੇ ਦਰੋਗੇ ਨੇ ਇਤਰਾਜ਼ ਲਾ ਦਿੱਤਾ। ਇੱਕ ਕੈਦੀ ਦੀ ਰਾਖੀ ਲਈ ਪ੍ਰਸ਼ਾਸਨ ਨੂੰ ਘੱਟੋ ਘੱਟ 2 ਗਾਰਡਾਂ ਦੀ ਜ਼ਰੂਰਤ ਪੈਣੀ ਹੈ, ਮਤਲਬ ਸੀ 20,000 ਰੁਪਏ ਦਾ ਵਾਧੂ ਖਰਚਾ। ਇੱਕ ਕਾਤਲ ਦੀ ਜਾਨ ਬਚਾਉਣ ਲਈ ਸਰਕਾਰ ਇੰਨੇ ਰੁਪਏ ਨਹੀਂ ਖਰਚ ਸਕਦੀ। ਉਲਟਾ ਕਾਲੂ ਨੂੰ ਮਜ਼ਾਕ ਕਰਨ ਲੱਗਾ, ਤੇਰੇ ਮਰਨ ਨਾਲ ਧਰਤੀ ਤੋਂ ਭਾਰ ਘਟੇਗਾ, ਸਮਾਜ ਨੂੰ ਰਾਹਤ ਮਿਲੇਗੀ, ਜੇਲ੍ਹ ਪ੍ਰਸ਼ਾਸਨ ਦੀ ਸਿਰਦਰਦੀ ਘਟੇਗੀ। ਕਾਲੂ ਨੇ ਦਰੋਗੇ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ, ਨਾਲੇ ਪੁੱਛਿਆ, ਗੋਲੂ ਪਹਿਲਵਾਨ ਨੂੰ 1 ਮਹੀਨੇ ਦੇ ਅੰਦਰ 3 ਵਾਰ ਹਸਪਤਾਲ ਕਿਉਂ ਭੇਜਿਆ? ਕਿ ਉਹ ਬਿਮਾਰ ਹੈ? ਸਭ ਨੂੰ ਪਤਾ ਉਹ ਕਿਸ ਬਿਮਾਰੀ ਦੇ ਇਲਾਜ ਲਈ ਹਸਪਤਾਲ ਗਿਆ। ਪਹਿਲਵਾਨ ਦੀ ਗੈਂਗ ਨੇ ਮਾਇਆ ਨਗਰ ਦੇ ਇੱਕ ਸਨਅਤਕਾਰ ਦੇ ਇਕਲੌਤੇ ਪੁੱਤਰ ਨੂੰ ਅਗਵਾਹ ਕਰਨ ਦੀ ਸਾਜਿਸ਼ ਰਚੀ ਹੋਈ ਹੈ। ਗੋਲੂ ਦੀ ਯੋਜਨਾ ਅਨੁਸਾਰ ਉਹਦੇ 4 ਸਾਥੀ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਹੋ ਚੁੱਕੇ ਹੈ। ਗੋਲੂ ਦੇ ਸਾਥੀਆਂ ਨੇ ਮੁੰਡਾ ਅਗਵਾਹ ਕਰਨਾ, ਹਸਪਤਾਲ ਬੈਠ ਕੇ ਪਹਿਲਵਾਨ ਨੇ ਮਾਪਿਆਂ ਨਾਲ ਗੱਲਬਾਤ ਕਰਨੀ ਹੈ, ਫਿਰੌਤੀ ਦੀ ਰਕਮ ਤੈਅ ਕਰਨੀ ਹੈ। ਯੋਜਨਾ ਦੇ ਸਿਰੇ ਚੜ੍ਹਦੇ ਗੋਲੂ ਨੇ ਜੇਲ੍ਹ ਮੁੜ ਆਉਣਾ।
ਪਹਿਲੀ ਵਾਰੀ ਮੁੰਡਾ ਹੱਥ ਨਹੀਂ ਲੱਗਾ, ਇਸ ਵਾਰ ਕੰਮ ਪੱਕੇ ਪੈਰੀ ਹੋਣਾ। ਸਜ਼ਾ ਤੋਂ ਬਚਣ ਦਾ ਗੋਲੂ ਦਾ ਇਹੋ ਤਰੀਕਾ, ਉਹ ਜੇਲ੍ਹ ਬੰਦ ਹੈ, ਬੱਚਾ ਅਗਵਾ ਕਿਸ ਤਰ੍ਹਾਂ ਕਰ ਸਕਦਾ। ਇਸੇ ਬਹਾਨੇ ਉਹ ਪਹਿਲਾਂ ਕਈ ਵਾਰ ਅਜਿਹੇ ਕੇਸਾਂ 'ਚ ਬਰੀ ਹੋ ਚੁੱਕਾ। ਕਾਲੂ ਕਹਿੰਦਾ ਜੇ ਹੋਰ ਕੁਝ ਨਹੀਂ ਹੋ ਸਕਦਾ ਤਾਂ ਬਿਮਾਰੀ ਦੇ ਆਧਾਰ 'ਤੇ ਉਹਨੂੰ 1 ਮਹੀਨੇ ਦੀ ਛੁੱਟੀ ਦੇ ਦਿੱਤੀ ਜਾਏ, ਬਾਹਰ ਜਾ ਕੇ ਉਹ ਆਪੇ ਕੋਈ ਖੂਹ ਪੁੱਟੇਗਾ, ਇਲਾਜ ਕਰਾ ਲਏਗਾ। ਕਾਲੂ ਦੀ ਇਹ ਬੇਨਤੀ ਭਲਾਈ ਅਫਸਰ ਨੂੰ ਮਨਜ਼ੂਰ ਨਹੀਂ ਹੈ। ਛੁੱਟੀ ਇੰਜ ਨਹੀਂ ਮਿਲ ਜਾਂਦੀ, ਕੁਝ ਸਖਤ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਲਾਂ ਜੇਲ੍ਹ ਡਾਕਟਰ ਤੋਂ ਰਿਪੋਰਟ ਕਰਾਉਣੀ ਪਏਗੀ। ਕਾਲੂ ਦੀ ਬਿਮਾਰੀ ਦਾ ਇਲਾਜ ਜੇਲ੍ਹ ਹਸਪਤਾਲ 'ਚ ਨਹੀਂ ਹੋ ਸਕਦਾ, ਉਹਨੂੰ ਸਿਵਲ ਹਸਪਤਾਲ ਭੇਜਿਆ ਜਾਏ, ਫਿਰ ਉਸੇ ਤਰ੍ਹਾਂ ਦੀ ਰਿਪੋਰਟ ਸਿਵਲ ਹਸਪਤਾਲੋਂ ਕਰਾਉਣੀ ਪਏਗੀ, ਨਾਲੇ ਥਾਣੇ ਤੋਂ ਰਿਪੋਰਟ ਮੰਗਾਉਣੀ ਪਏਗੀ। ਉਹ ਤਸਦੀਕ ਕਰਨਗੇ, ਕੈਦੀ ਦੇ ਬਾਹਰ ਆ ਕੇ ਅਮਨ ਭੰਗ ਕਰਨ ਦੀ ਸੰਭਾਵਨਾ ਨਹੀਂ ਹੈ। ਫਿਰ ਛੁੱਟੀ ਦੀ ਮਿਸਲ ਤਿਆਰ ਹੋ ਕੇ ਜੇਲ੍ਹ ਵਿਭਾਗ ਕੋਲ ਜਾਏਗੀ। ਹਰ ਪੜਾਅ 'ਤੇ ਕਾਲੂ ਨੂੰ ਪਾਪੜ ਵੇਲਣੇ ਪੈਣਗੇ। ਕਾਲੂ 'ਚ ਇੰਨੀ ਹਿੰਮਤ ਨਹੀਂ ਕਿ ਛੁੱਟੀ ਕਿਸ ਤਰ੍ਹਾਂ ਮਨਜ਼ੂਰ ਹੋਏਗੀ। ਮੌਤ ਨੂੰ ਕਾਲੂ ਦੇ ਸਿਰ 'ਤੇ ਮੰਡਰਾਉਂਦੀ ਦੇਖ ਕੇ ਡਾਕਟਰ ਜੈਨ ਨੇ ਕਾਲੂ ਨੂੰ ਫਿਰ ਸਲਾਹ ਦਿੱਤੀ, ਜਿੰਨਾ ਚਿਰ ਸਹੀ ਇਲਾਜ ਦਾ ਇੰਤਜ਼ਾਮ ਨਹੀਂ ਹੁੰਦਾ ਉਨ੍ਹਾਂ ਚਿਰ ਆਹ ਦਵਾਈਆਂ ਮੰਗਵਾ ਲੈ। ਇਹ ਦਵਾਈਆਂ ਹਸਪਤਾਲੋਂ ਮਿਲਣੀਆਂ ਚਾਹੀਦੀਆਂ, ਜੇ ਨਹੀਂ ਦਿੰਦੇ ਤਾਂ ਬਾਹਰੋਂ ਮੰਗਵਾ ਲੈ। ਕੰਪਾਊਂਡਰ ਨੇ ਫਿਰ ਉਹ ਰੋਣਾ ਰੋਇਆ, ਇਹਨਾਂ ਦਵਾਈਆਂ ਨੂੰ ਖਤਮ ਹੋਇਆ 1 ਮਹੀਨਾ ਹੋ ਗਿਆ, ਬਾਹਰੋਂ ਮੰਗਵਾਉਣੀਆਂ ਪੈਣਗੀਆਂ। ਬਾਹਰੋਂ ਆਉਂਦੀਆਂ ਦਵਾਈਆਂ ਉੱਪਰ ਲੱਗਦੇ ਜੇਲ੍ਹ ਟੈਕਸ ਦੀ ਦਰ ਸੁਣ ਕੇ ਕਾਲੂ ਨੂੰ ਚੱਕਰ ਆ ਗਿਆ। 100 ਵਾਲੀ ਦਵਾਈ ਨੇ ਜੇਲ੍ਹ ਦਾ ਵੱਡਾ ਦਰਵਾਜ਼ਾ ਟੱਪਦੀਆਂ 300 ਰੁਪਏ ਦੀ ਬਣ ਜਾਣਾ। ਆਖਿਰ ਡੁੱਬੀ ਤਾਂ ਜੇ ਸਾਹ ਨਾ ਆਇਆ, ਜੇ ਕਾਲੂ ਕੋਲ ਇੰਨੇ ਪੈਸੇ ਹੁੰਦੇ ਤਾਂ ਇਹ ਮਸਲਾ ਖੜ੍ਹਾ ਹੀ ਕਿਉਂ ਹੁੰਦਾ? ਠੀਕ ਹੋਣ ਦੇ ਸਾਰੇ ਰਾਹ ਬੰਦ ਹੋ ਜਾਣ ਬਾਅਦ ਕਾਲੂ ਨੇ ਨਵਾਂ ਰਾਹ ਲੱਭ ਲਿਆ। ਲੰਗਰ 'ਚੋਂ ਛੋਟੀ ਕੜਛੀ ਚੋਰੀ ਕਰਕੇ ਉਹਦੀ ਕੌਲੀ ਤੋੜਤੀ, ਟੁੱਟੇ ਸਿਰੇ ਨੂੰ ਘਸਾ ਕੇ ਤਿੱਖਾ ਕਰ ਲਿਆ। ਉਹ ਕਹਿੰਦਾ ਫਿਰ ਰਿਹਾ, ਪਹਿਲਾਂ ਝੂਠੇ ਕਤਲ ਕੇਸ 'ਚ ਫਸਿਆ, ਹੁਣ ਸੱਚੇ 'ਚ ਫਸਾਂਗਾ। ਕਾਲੂ ਕਈ ਵਾਰ ਹਾਕਮ ਕੋਲ ਬੇਨਤੀ ਕਰ ਚੁੱਕਾ, ਮੈਂ ਜਿਉਣਾ ਚਾਹੁੰਦਾ, ਮੇਰੇ ਇਲਾਜ ਦਾ ਇੰਤਜ਼ਾਮ ਕਰੋ। ਹਾਕਮ ਨੂੰ ਕਾਲੂ ਦਾ ਮਰਨਾ ਤੈਅ ਲੱਗਦਾ। ਜੇ ਉਹਨੇ ਕਿਸੇ ਮੁਲਾਜ਼ਮ ਦੇ ਢਿੱਡ 'ਚ ਚਾਕੂ ਖੋਭ ਦਿੱਤਾ ਤਾਂ ਜੇਲ੍ਹ ਵਾਲਿਆਂ ਨੇ ਉਹਨੂੰ ਕੁੱਟ ਕੁੱਟ ਮਾਰ ਦੇਣਾ। ਜੇ ਉਹ ਇੰਜ ਨਾ ਕਰ ਸਕਿਆ ਤਾਂ ਦਿਨੋ ਦਿਨ ਵੱਧ ਰਹੀ ਬਿਮਾਰੀ ਨੇ ਉਹਨੂੰ ਨਿਗਲ ਲੈਣਾ। ਹਾਕਮ ਕਾਲੂ ਨੂੰ ਕਿਸ ਤਰ੍ਹਾਂ ਬਚਾਵੇ? ਕੋਈ ਰਾਹ ਲੱਭਦਾ ਨਜ਼ਰ ਨਾ ਆਉਣ ਕਾਰਨ ਹਾਕਮ ਪਰੇਸ਼ਾਨ ਹੈ। ਅੰਗ 35 ਦਾਖਲਾ ਫਾਰਮ ਯੂਨੀਵਰਸਿਟੀ ਭੇਜਣ ਦੀ ਕੱਲ੍ਹ ਆਖਰੀ ਤਰੀਕ ਹੈ। ਸੀਤਲ ਸਿੰਘ ਦੇ ਸਮੇਂ ਸਿਰ ਦਾਖਲਾ ਭੇਜਣ ਦੇ ਸਾਰੇ ਯਤਨ ਅਸਫਲ ਹੋ ਚੁੱਕੇ ਹੈ। 2 ਸਾਲ ਦੀ ਅਜਾਈ ਜਾ ਰਹੀ ਮਿਹਨਤ ਅਤੇ ਉੱਜੜਦੇ ਭਵਿੱਖ ਤੋਂ ਚਿੰਤਤ ਸੀਤਲ ਸਿੰਘ ਤਿਲ ਮਿਲਾ ਰਿਹਾ ਹੈ। ਅੱਜ ਸ਼ਾਮੀ ਉਹਨੇ ਹਾਕਮ ਨੂੰ ਦੁੱਖੜਾ ਰੋਣ ਬਾਅਦ ਆਖਿਆ ਸੀ, ਜੇ ਕੱਲ੍ਹ ਤੱਕ ਮੇਰੇ ਫਾਰਮ ਯੂਨੀਵਰਸਿਟੀ ਨਾ ਪੁੱਜੇ ਤਾਂ ਪਰਸੋਂ ਨੂੰ ਮੇਰੀ ਲਾਸ਼ ਕਿਸੇ ਦਰਖਤ ਨਾਲ ਲਟਕ ਰਹੀ ਹੋਏਗੀ। ਸੀਤਲ ਸਿੰਘ ਇਰਾਦੇ ਦਾ ਪੱਕਾ ਸੀ, ਧੁਰ ਅੰਦਰ ਤੱਕ ਟੁੱਟ ਚੁੱਕਾ ਸੀ। ਹਾਕਮ ਨੂੰ ਯਕੀਨ ਸੀ ਉਹਨੇ ਆਪਣੇ ਬੋਲ ਪੁਗਾ ਦੇਣੇ ਹੈ। ਇੱਕ ਹੋਣ ਹਾਰ ਜ਼ਿੰਦਗੀ ਨੂੰ ਭੰਗ ਦੇ ਪਹਾੜੇ ਜਾਣੋਂ ਕਿਸ ਤਰ੍ਹਾਂ ਬਚਾਇਆ ਜਾਏ? ਹਾਕਮ ਸਿੰਘ ਤੋਂ ਇਹ ਅੜਾਉਣੀ ਹੱਲ ਨਹੀਂ ਸੀ ਹੋ ਰਹੀ। ਸੀਤਲ ਸਿੰਘ ਨੂੰ ਇਹ ਸਜ਼ਾ ਕਿਸ ਕਸੂਰ ਬਦਲੇ ਦਿੱਤੀ ਜਾ ਰਹੀ ਹੈ ਇਹਦਾ ਹਾਕਮ ਨੂੰ ਪਤਾ ਸੀ। ਉਹ ਗਰੀਬ ਸਾਥੀ ਕੈਦੀਆਂ ਦੀ ਮਦਦ ਕਰ ਰਿਹਾ ਸੀ। ਸੀਤਲ ਦੀ ਬੈਰਕ 'ਚ ਬੰਦ ਬਹੁਤੇ ਕੈਦੀ ਅਨਪੜ੍ਹ ਪ੍ਰਵਾਸੀ ਸਨ। ਪਹਿਲਾਂ ਉਹਨਾਂ ਦਾ ਪੜ੍ਹਨ ਲਿਖਣ ਦਾ ਕੰਮ ਬੈਰਕ ਦਾ ਵਾਰਡਰ ਬੈਜਨਾਥ ਕਰਦਾ ਸੀ। ਇਸ ਸੇਵਾ ਦੀ ਉਹ ਫੀਸ ਲੈਂਦਾ ਸੀ। ਚਿੱਠੀ ਲਿਖਣ ਦੇ 2 ਅਤੇ ਪੜ੍ਹਨ ਦਾ 1 ਰੁਪਿਆ ਲੱਗਦਾ ਸੀ। ਚਿੱਠੀ ਨੂੰ ਡਾਕਖਾਨੇ ਪੁੱਜਦਾ ਕਰਨ ਦਾ 1 ਰੁਪਿਆ ਹੋਰ ਲੱਗਦਾ ਸੀ। ਜਿਹੜਾ ਬੰਦਾ ਉਹਦੀ ਗੱਲ ਨਹੀਂ ਸੀ ਮੰਨਦਾ ਉਹਦੀ ਚਿੱਠੀ ਉਹਦੇ ਸਾਹਮਣੇ ਫਾੜ ਦਿੰਦਾ ਸੀ। ਭੁੱਲ ਭੁਲੇਖੇ ਜੇ ਕਿਸੇ ਦਾ ਮਨੀ ਆਰਡਰ ਆ ਜਾਂਦਾ ਤਾਂ ਕੈਦੀ ਦੇ ਪੱਲੇ ਅੱਧ ਹੀ ਪੈਂਦਾ ਸੀ। ਅੱਧੋ ਅਤੇ ਡਾਕੀਆ ਮਿਲ ਕੇ ਹੜੱਪ ਜਾਂਦੇ ਸੀ। ਇਹਨਾਂ ਕੈਦੀਆਂ ਦੀ ਮੁਲਾਕਾਤ ਲਈ ਸਾਲ 'ਚ 1 ਅੱਧ ਬੰਦਾ ਹੀ ਆਉਂਦਾ ਸੀ। ਚਿੱਠੀ ਪੱਤਰ ਹੀ ਉਹਨਾਂ ਦਾ ਸਹਾਰਾ ਸੀ। ਸੀਤਲ ਸਿੰਘ ਅਨਪੜ੍ਹ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਹਦਾ ਬਾਪ ਪਿੰਡ 'ਚ ਖੇਤ ਮਜ਼ਦੂਰ ਸੀ। ਉਹਦੇ ਵਿਹੜੇ ਦੇ ਬਹੁਤੇ ਲੋਕ ਹਾਲੇ ਵੀ ਅਨਪੜ੍ਹ ਸੀ।
ਛੋਟਾ ਹੁੰਦਾ ਆਪਣੇ ਵਿਹੜੇ ਵਾਲਿਆਂ ਦੀਆਂ ਚਿੱਠੀਆਂ ਲਿਖਿਆ ਪੜ੍ਹਿਆ ਕਰਦਾ ਸੀ। ਇਸ ਲਈ ਉਹਨੂੰ ਪੈਸੇ ਦੀ ਕੀਮਤ ਦਾ ਪਤਾ ਸੀ ਅਤੇ ਆਏ ਸੁਨੇਹੇ ਨੂੰ ਸੁਣਨ ਦੀ ਤਾਂਘ ਵੀ। ਪ੍ਰਵਾਸੀ ਕੈਦੀਆਂ ਨੂੰ ਬਾਹਰੋਂ ਤਾਂ ਪੈਸਾ ਧੇਲਾ ਆਉਂਦਾ ਨਹੀਂ ਸੀ। ਉਹ ਮਿਲਦੇ ਰਾਸ਼ਨ 'ਚੋਂ ਕੁਝ ਬਚਾ ਕੇ ਅਤੇ ਸਾਥੀ ਕੈਦੀਆਂ ਦੀਆਂ ਵਗਾਰਾਂ ਕਰਕੇ 2-4 ਰੁਪਏ ਜੋੜਦੇ ਸੀ। ਉਹ ਕਿਸੇ ਨਾ ਕਿਸੇ ਬਹਾਨੇ ਵਾਰਡਰ ਕਢਵਾ ਲੈਂਦਾ ਸੀ। ਸੀਤਲ ਸਿੰਘ ਹਵਾਲਾਤੀ ਸੀ, ਸਾਰਾ ਦਿਨ ਵਿਹਲਾ ਰਹਿੰਦਾ। ਆਪਣਾ ਸਮਾਂ ਬਿਤਾਉਣ ਵਾਲੇ ਸਾਥੀ ਕੈਦੀਆਂ ਦੇ ਪੈਸੇ ਬਚਾਉਣ ਦੀ ਨੀਅਤ ਨਾਲ ਉਹਨੇ ਲਿਖਾ ਪੜ੍ਹੀ ਦਾ ਕੰਮ ਤਾਂ ਸ਼ੁਰੂ ਕਰ ਲਿਆ ਸੀ। ਪਹਿਲੇ ਮਹੀਨੇ ਦੀ ਬੈਜਨਾਥ ਹੀ ਨੱਕ 'ਚ ਦਮ ਆ ਗਿਆ। ਉਹਨੂੰ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ। ਪਹਿਲਾਂ ਬੈਜਨਾਥ ਨੇ ਉਹਨੂੰ ਆਨੇ ਬਹਾਨੇ ਸਮਝਾਇਆ, ਅਸੀਂ ਦੇਖਣ ਨੂੰ ਅਫਸਰ ਲੱਗਦੇ ਹਾਂ, ਅੰਦਰੋਂ ਖੋਖਲੇ ਹਾਂ, ਤਨਖਾਹ ਬਹੁਤ ਥੋੜ੍ਹੀ ਹੈ, ਤਨਖਾਹ ਨਾਲ 2 ਡੰਗ ਦੀ ਰੋਟੀ ਵੀ ਨਹੀਂ ਪੱਕ ਸਕਦੀ, ਚੁੱਲ੍ਹਾ ਮੰਗਦਾ ਰੱਖਣ ਲਈ ਨਾਲ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ, ਚਿੱਠੀ ਪੱਤਰ ਲਿਖ ਕੇ ਪੈਸਾ ਲੈਣਾ ਰਿਸ਼ਵਤ ਨਹੀਂ ਹੈ, ਮਿਹਨਤ ਦਾ ਮੁੱਲ ਹੈ, ਤੂੰ ਮੇਰੀ ਰੋਜ਼ੀ 'ਚ ਲੱਤ ਨਾ ਮਾਰ। ਜਦੋਂ ਸੀਤਲ ਸਿੰਘ ਦੇ ਕੰਨ 'ਤੇ ਜੂ ਨਾ ਸਰਕੀ ਉਹਨੇ ਧਮਕੀ ਦਿੱਤੀ, ਮੁਲਾਜ਼ਮ ਮਿੱਟੀ ਦਾ ਮਾਣ ਨਹੀਂ ਹੁੰਦਾ, ਮੈਂ ਫਿਰ ਵੀ ਖਾਕੀ ਵਰਦੀ ਵਾਲਾ ਹੱਡ ਮਾਸ ਦਾ ਬਣਿਆ ਬੰਦਾ। ਜਦੋਂ ਫਿਰ ਵੀ ਪੂਛ ਸਿੱਧੀ ਨਾ ਹੋਈ ਤਾਂ ਬੈਜਨਾਥ ਨੂੰ ਟੇਢੀ ਉਂਗਲ ਨਾਲ ਘਿਓ ਕੱਢਣਾ ਪਿਆ। ਸੀਤਲ ਸਿੰਘ ਨੂੰ ਆਪਣੀ ਪੜ੍ਹਾਈ 'ਤੇ ਮਾਣ ਸੀ, ਬੈਜਨਾਥ ਚੂਹੀ ਬਣ ਕੇ ਉਹਦੀਆਂ ਡਿਗਰੀਆਂ ਕੁਤਰਨ ਲੱਗਾ। ਜਿਸ ਸਮੇਂ ਸੀਤਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਉਹ BSc ਦੇ ਆਖਰੀ ਸਾਲ ਦਾ ਵਿਦਿਆਰਥੀ ਸੀ, ਇਮਤਿਹਾਨ 'ਚ ਸਾਰੇ 2 ਮਹੀਨੇ ਬਾਕੀ ਸੀ। ਸੀਤਲ ਨੇ ਪ੍ਰੀਤੀ ਨੂੰ ਬਥੇਰਾ ਸਮਝਾਇਆ ਸੀ ਇਸ ਸਮੇਂ ਬਹਾਦਰੀ ਦਿਖਾਉਣਾ, ਭਵਿੱਖ ਨੂੰ ਦਾਅ 'ਤੇ ਲਾਉਣਾ, ਪਰ ਉਹਦੇ ਦਿਮਾਗ 'ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਸੇ ਸਮੇਂ ਘਰੋਂ ਭੱਜ ਜਾਣਾ ਚਾਹੁੰਦੀ ਸੀ। ਸੀਤਲ ਅਤੇ ਪ੍ਰੀਤੀ ਦੀ ਪ੍ਰੀਤ 'ਚ ਕੋਈ ਰਵਾਇਤੀ ਟੱਕਰ ਨਹੀਂ ਸੀ, ਦੋਵੇਂ ਇੱਕੋ ਜ਼ਾਤ ਬਰਾਦਰੀ ਦੇ ਸੀ। ਥੋੜ੍ਹਾ ਜਿਹਾ ਜੋ ਫਰਕ ਸੀ ਉਹ ਇਹ, ਪ੍ਰੀਤੀ ਦਾ ਬਾਪ ਸੀਤਲ ਤੋਂ 26 ਸਾਲ ਪਹਿਲਾਂ ਜੰਮ ਪਿਆ ਸੀ। ਇਸੇ ਲਈ ਇੱਕ ਮੋਚੀ ਦੇ ਮੁੰਡੇ ਨੂੰ ਪਹਿਲਾਂ ਨਾਇਬ ਤਹਿਸੀਲਦਾਰ ਅਤੇ ਫਿਰ SDM ਬਣਨ 'ਚ ਬਹੁਤੀ ਦੇਰ ਨਹੀਂ ਸੀ ਲੱਗੀ। ਸੀਤਲ ਅਗਲੀ ਪੀੜ੍ਹੀ 'ਚੋਂ ਸੀ, ਉਹਨੇ ਹਾਲੇ ਦਿਹਾੜੀਦਾਰ ਦੇ ਮੁੰਡੇ ਤੋਂ ਕੁਝ ਬਣਨਾ ਸੀ। ਸੀਤਲ ਨੇ ਬਥੇਰਾ SDM ਨੂੰ ਉਹਦੇ ਪਿਛੋਕੜ ਦੀ ਯਾਦ ਦਿਵਾਈ। SDM ਨੇ BA 3 ਦਰਜੇ 'ਚ ਪਾਸ ਕੀਤੀ ਸੀ। ਸੀਤਲ ਪਹਿਲੇ ਦਿਨੋਂ ਪਹਿਲੇ ਦਰਜੇ 'ਚ ਪਾਸ ਹੁੰਦਾ ਆ ਰਿਹਾ ਸੀ। ਸੀਤਲ ਦਾ ਭਵਿੱਖ ਵੀ ਉੱਜਲ ਸੀ, ਪਰ SDM ਮੈਨਾ ਮਾਨੂੰ ਦੀ ਰੱਟ ਲਾਈ ਬੈਠਾ ਸੀ। ਉਹ ਕਹਿੰਦਾ ਸੀ, ਹੁਣ ਪਹਿਲਾਂ ਵਾਲੇ ਦਿਨ ਨਹੀਂ ਰਹੇ, ਤੂੰ ਪਤਾ ਨਹੀਂ ਕਦੋਂ ਅਫਸਰ ਬਣਨਾ, ਬਣਨਾ ਵੀ ਹੈ ਜਾਂ ਨਹੀਂ ਇਹ ਵੀ ਪੱਕਾ ਨਹੀਂ। ਬਥੇਰੇ ਦਲਿਤ ਮੁੰਡੇ ਕੁੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਚੁੱਕੀ ਫਿਰਦੇ ਆ। ਅੱਜ ਕੱਲ੍ਹ ਡਿਗਰੀ ਦੇ ਨਾਲ ਨਾਲ ਉਹਨਾਂ ਨੂੰ ਵੀ ਬਰੀਫ ਕੇਸਾਂ ਦੀ ਜ਼ਰੂਰਤ ਪੈਂਦੀ ਹੈ। ਤੇਰੇ ਕੋਲ ਦੇਣ ਲਈ ਧੇਲਾ ਨਹੀਂ, ਮੈਂ ਜੋਖਮ ਉਠਾਉਣ ਨੂੰ ਤਿਆਰ ਨਹੀਂ। ਪ੍ਰੀਤੀ ਅਫਸਰ ਦੀ ਨੂੰਹ ਬਣ ਕੇ ਕਿਸੇ ਬੰਗਲੇ 'ਚ ਜਾਏਗੀ, ਕਿਸੇ ਬੇਰੁਜ਼ਗਾਰ ਪਿੱਛੇ ਲੱਗ ਕੇ ਵਿਹੜੇ 'ਚ ਨਹੀਂ। ਬਾਪ ਵਾਂਗ ਪ੍ਰੀਤੀ ਵੀ ਜਿੱਦ ਫੜ ਕੇ ਬੈਠ ਗਈ, ਕਿਸੇ ਹੋਰ ਦੇ ਲੜ ਨੂੜੇ ਜਾਣ ਤੋਂ ਪਹਿਲਾਂ ਮੈਂ ਆਪਣਾ ਘਰ ਵਸਾਉਣਾ ਚਾਹੁੰਦੀ ਹਾਂ, ਮੇਰਾ ਸਾਥ ਦੇ। ਸੀਤਲ ਪ੍ਰੀਤੀ ਨਾਲ ਸਹਿਮਤ ਨਹੀਂ ਸੀ, ਹੁਣ ਪੁਰਾਣੇ ਸਮੇਂ ਨਹੀਂ ਸਨ। ਘਰੋਂ ਭੱਜ ਕੇ ਬਿਨਾਂ ਪੈਸੇ ਟਕੇ ਦੇ ਇੱਕ ਹਫ਼ਤਾ ਨਹੀਂ ਕੱਟਿਆ ਜਾ ਸਕਦਾ, ਤੇਰਾ ਬਾਪ ਵੱਡਾ ਅਫਸਰ ਹੈ, ਪੁਲਿਸ ਨੇ ਸਾਨੂੰ ਪਤਾਲੋਂ ਵੀ ਲੱਭ ਲੈਣਾ। ਪਰ ਪ੍ਰੀਤੀ ਦੀ ਵੰਗਾਰ ਅਤੇ ਜਿੱਦ ਅੱਗੇ ਉਹਨੂੰ ਝੁਕਣਾ ਪਿਆ। ਯੂਥ ਫੈਸਟੀਵਲ 'ਚ ਹਿੱਸਾ ਲੈਣ ਗਏ ਉਹ ਕਾਲਕਾ ਮੇਲ ਚੜ ਗਏ, ਪੁਲਿਸ ਇੱਲਾਂ ਵਾਂਗ ਸਾਰੇ ਅਸਮਾਨ 'ਤੇ ਛਾ ਗਈ। 3 ਦਿਨ ਉਹ ਹਵਾਲਾਤ ਪੁੱਜ ਗਏ। ਹੁਣ 1 ਸਾਲ ਤੋਂ ਜੇਲ੍ਹ 'ਚ ਸੀ, 9 ਮਹੀਨੇ ਤੋਂ ਮੁਕੱਦਮਾ ਗਵਾਹੀਆਂ 'ਤੇ ਲਟਕ ਰਿਹਾ। ਪਹਿਲਾਂ ਪ੍ਰੀਤੀ ਦੀ ਗਵਾਹੀ ਹੋਣੀ ਹੈ, ਸੀਤਲ ਨੂੰ ਸੂਚਨਾ ਮਿਲੀ ਸੀ ਪ੍ਰੀਤੀ ਨੇ ਸੀਤਲ ਵਿਰੁੱਧ ਜੋ ਬਿਆਨ ਦਰਜ ਕਰਾਇਆ ਉਹਦਾ ਨਹੀਂ ਹੈ, ਪੁਲਿਸ ਨੇ ਆਪੇ ਲਿਖਿਆ। ਪ੍ਰੀਤੀ ਤੋਂ ਦਸਖਤ ਡਰਾ ਧਮਕਾ ਕੇ ਕਰਾਏ ਗਏ ਸੀ। SDM ਚਾਹੁੰਦਾ ਸੀ ਪ੍ਰੀਤੀ ਉਹ ਬਿਆਨ ਅਦਾਲਤ ਵਿੱਚ ਦੁਹਰਾਏ।
ਸੀਤਲ ਨੂੰ ਫੁਸਲਾ ਕੇ ਵਰਗਲਾਉਣ ਅਤੇ ਜਬਰੀ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਏ। ਪਰ ਪ੍ਰੀਤੀ ਦੁਬਾਰਾ ਉਹ ਗਲਤੀ ਕਰਨ ਨੂੰ ਤਿਆਰ ਨਹੀਂ ਸੀ। ਐਸਟੀਐਮ ਪ੍ਰੀਤੀ ਦੇ ਮਨ ਜਾਣ ਤੱਕ ਗਵਾਹੀ ਲਟਕਾ ਰਿਹਾ ਸੀ। ਧੰਨਵਾਦ। ਚੱਲਦਾ।